ਇਹ ਗੱਲ 1950 ਦੀ ਹੈ ਜਦੋਂ ਦਾਦਰ ਮੇਲ ਨੂੰ ਅੰਬਾਲਾ ਸਟੇਸ਼ਨ ਤੇ ਭੀੜ ਦੇ ਬੇਨਤੀ ਕਰਕੇ ਰੁਕਵਾ ਲਿਆ ਲੋਕਾਂ ਨੂੰ ਪਤਾ ਲੱਗਾ ਸੀ ਕਿ ਇਸ ਗੱਡੀ ਤੇ ਇੱਕ ਉੱਬਰ ਦਾ ਸੰਗੀਤਕਾਰ ਸਫ਼ਰ ਕਰ ਰਿਹਾ ਹੈ ਲੋਕ ਉਹਨਾਂ ਦਾ ਖੈਰ ਮਕਦਮ ਕਰਨ ਲਈ ਬੇਤਾਬ ਸਨ ਲੋਕਾਂ ਨੇ ਫਿਲਮ ਪੋਸਤੀ ਦੇ ਸੰਗੀਤਮਈ ਛੱਤੇ ਦਾ ਸ਼ਹਿਦ ਚਖ ਲਿਆ ਸੀ ਪੰਜਾਬੀ ਲੋਕਾਂ ਦੀ ਜ਼ੁਬਾਨ ਤੇ ਤੂੰ ਪੀਂਗ ਤੇ ਮੈਂ ਪਰਸ਼ਾਵਾਂ ਤੇਰੇ ਨਾਲ ਹੁਲਾਰੇ ਖਾਵਾਂ ਪੜਾ ਪੋਸਤੀ ਗੋਰੀਏ ਗੰਨੇ ਦੀਏ ਪੋਰੀਏ ਨੀ ਦੋ ਗੁੱਤਾਂ ਕਰ ਮੇਰੀਆਂ ਮਾਈਆ ਵੇ ਮਾਈਆ ਚਲੀ ਪਿਆਰ ਦੀ ਹਵਾ ਕਜਰੇ ਦੀ ਪਾਨੀ ਆ ਤਾਰ ਆਦ ਗੀਤ ਚੜ ਚੁੱਕੇ ਸਨ ਤੇ ਇਨ ਗੀਤਾਂ ਦੇ ਰਚੇਤਾ ਸੰਗੀਤਕਾਰ ਸਰਦੂਲ ਕਵਾਤੜਾ ਇਸ ਗੱਡੀ ਤੇ ਸਫ਼ਰ ਕਰ ਰਹੇ ਸਨ ਕੁਝ ਸਮੇਂ ਬਾਅਦ ਦੂਸਰਾ ਛੱਤਾ ਟਪਕਣ ਲੱਗਾ ਕੌਡੇ ਸ਼ਾਹ ਦੇ ਰੂਪ ਵਿੱਚ ਰਿੰਦੀ ਕਸਰ ਇਸ ਨੇ ਪੂਰੀ ਕਰ ਦਿੱਤੀ ਕੌਡੇ ਸ਼ਾ ਦੇ ਗੀਤਾਂ ਫਸਲਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ ਤੁਣਕਾ ਤੁਣਕਾ ਮਾਰ ਤੁਣਕਾ ਗਲ ਵਿੱਚ ਪਾ ਕੇ ਪੱਲਾ ਸੱਜਣ ਤੈਨੂੰ ਦੁੱਖ ਦੱਸਦੀ ਨੇ ਰਿਕਾਰਡ ਤੋੜ ਦਿੱਤੇ ਕੌਡੇ ਸ਼ਾ ਪੰਜਾਬੀ ਦੀ ਸੁਪਰ ਹਿੱਟ ਫਿਲਮ ਸੀ ਫਿਰ ਜਦੋਂ ਬਣਜਾਰਾ ਫਿਲਮ ਰਿਲੀਜ਼ ਹੋਈ ਤਾਂ ਇਸ ਦੇ ਗਾਣੇ ਪੁਰਾਣੇ ਪੱਧਰ ਤੋਂ ਕਿਤੇ ਉੱਚੇ ਸਨ ਸਾਰੇ ਗੀਤ ਲਤਾ ਮੰਗੇਸ਼ਕਰ ਨੇ ਗਾਏ ਸਾਡੇ ਪਿੰਡ ਵਿੱਚ ਪਾ ਕੇ ਹੱਟੀ ਜਗ ਜਾ ਨਹੀਂ ਬੱਤੀਏ ਮਾਰਾਂ ਕੰਧਾਂ ਉੱਤੇ ਲੀਕਾਂ ਉੱਚੇ ਚੁਬਾਰੇ ਵਾਲੀਏ ਨਹੀਂ ਆਦ ਗੀਤ ਬਹੁਤ ਮਕਬੂਲ ਹੋਏ ਰਾਜਕੁਮਾਰੀ ਤੇ ਤਲਤ ਮਹਿਮੂਦ ਦਾ ਗਾਇਆ ਗੀਤ ਕੀ ਖੱਟਿਆ ਹੀ ਦਿਲ ਲਾ ਕੇ ਬਹੁਤ ਮਕਬੂਲ ਹੋਇਆ ਇੰਨਾ ਪੰਜਾਬੀ ਫਿਲਮਾਂ ਦੇ ਸੰਗੀਤ ਦੀ ਕਾਮਯਾਬੀ ਨੇ ਸਰਦੂਲ ਕਵਾਤੜਾ ਲਈ ਹਿੰਦੀ ਫਿਲਮਾਂ ਦੇ ਦਵਾਰ ਵੀ ਖੋਲ ਦਿੱਤੇ 1958 ਵਿੱਚ ਸ਼ਮੀ ਕਪੂਰ ਤੇ ਸ਼ਿਆਮਾ ਦੀ ਮਿਰਜਾ ਸਾਹਿਬਾਂ ਆਈ ਇਹ ਫਿਲਮ ਬਾਕਸ ਆਫਿਸ ਤੇ ਵਧੇਰੇ ਕਮਾਲਤਨ ਦਿਖਾ ਸਕੀ ਪਰ ਸੰਗੀਤ ਪੱਖੋਂ ਸੰਪੂਰਨ ਸੀ ਨਹੀ ਰੀਸ ਪੰਜਾਬ ਦੀ ਵਿੱਚ ਪੈਂਦੀ ਲਹਿਰ ਚਨਾਬ ਦੀ ਇਹ ਕੁੜੀਆਂ ਨੇ ਖੰਡ ਦੀਆਂ ਕੁੜੀਆਂ ਤਬੀਅਤ ਠੀਕ ਥੀ ਔਰ ਦਿਲ ਵੀ ਬੇਕਰਾਰ ਨਾ ਥਾ ਗੀਤ ਆ ਸ਼ਮਿੰਦਰਜੀਤ ਚੈਲ ਦਾ ਗਾਇਆ ਮਿਰਜਾ ਬਹੁਤ ਮਕਬੂਲ ਹੋਏ ਫਿਰ ਪੰਜਾਬੀ ਫਿਲਮ ਬਿੱਲੋ ਦੇ ਗੀਤਾਂ ਨੇ ਧੂਮ ਮਚਾਈ ਉਹਨਾਂ ਦਿਨਾਂ ਵਿੱਚ ਹੀ ਹੀਰ ਸਿਆਲ ਆਈ ਜਿਸ ਵਿੱਚ ਮੁਬਾਰਕ ਬੇਗਮ ਦਾ ਦਿਲਕਸ਼ ਗੀਤ ਟਰ ਗਈਆਂ ਬੇੜੀਆਂ ਤੇ ਲੰਘ ਗਈਓ ਦੂਰ ਵੇ ਮਕਬੂਲ ਹੋਏ ਇਸ ਦੇ ਨਾਲ ਨਾਲ ਕੁਝ ਗੈਰ ਫਿਲਮੀ ਰਚਨਾਵਾਂ ਵੀ ਸਰਦੂਲ ਕਵਤੜਾ ਨੇ ਕੀਤੀਆਂ ਇਹਨਾਂ ਵਿੱਚ ਸੰਗੀਤ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੇ ਗੀਤ ਅੜੀ ਵੇ ਅੜੀ ਸਾਡੀ ਰਸਗੀ ਚਾਂਜਰਾਵਾਲੀ ਮੌਜ ਸੁਨਿਆਰਾ ਲੈ ਗਿਆ ਆਦ ਸ਼ਾਮਿਲ ਸਨ ਦਰਅਸਲ ਉਹਨਾਂ ਦਿਨਾਂ ਵਿੱਚ ਸਿਰਫ ਫਿਲਮਾਂ ਹੀ ਮਨੋਰੰਜਨ ਦਾ ਸਾਧਨ ਹੁੰਦੀਆਂ ਸਨ ਹਰ ਕਲਾਕਾਰ ਦੀ ਮਕਬੂਲੀਅਤ ਫਿਲਮਾਂ ਉੱਪਰ ਹੀ ਨਿਰਭਰ ਸੀ ਸੰਗੀਤਕਾਰ ਸਰਦੂਲ ਕਵਾਤੜਾ ਦਾ ਜਨਮ 13 April 1929 ਨੂੰ ਸੇਖੂਪੁਰਾ ਪਾਕਿਸਤਾਨ ਵਿੱਚ ਸ੍ਰੀ ਗੁਰਦਿੱਤ ਸਿੰਘ ਦੇ ਘਰ ਹੋਇਆ ਕਵਾਤੜਾ ਨੇ ਆਪਣਾ ਫਿਲਮੀ ਸਫ਼ਰ ਉੱਗੇ ਸੰਗੀਤਕਾਰ ਗੁਲਾਮ ਹੈਦਰ ਨਾਲ ਵਾਜਾ ਵਜਾਉਣ ਨਾਲ ਸ਼ੁਰੂ ਕੀਤਾ ਬਾਦ ਵਿੱਚ ਉਹ ਮੁੰਬਈ ਆ ਕੇ ਮਾਸਟਰ ਹੰਸਰਾਜ ਬੈਲ ਦੇ ਸਹਾਇਕ ਬਣ ਗਏ ਆਪਣੀ ਮਿਹਨਤ ਤੇ ਲਗਨ ਸਦਕਾ ਉਹ ਮਾਸਟਰ ਜੀ ਦੇ ਅਜ਼ੀਜ਼ ਬਣ ਗਏ ਕਿਸਮਤ ਨੇ ਪਲਟੀ ਖਾਦੀ ਜਦੋਂ ਗੀਤਕਾਰ 나జిਮ ਪਾਣੀਪਤੀ ਦਾ ਲਿਖਿਆ ਗੀਤ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਦੀ ਰਿਕਾਰਡਿੰਗ ਨੇ ਰਾਤੋ ਰਾਤ ਕਵਾਤੜਾ ਨੂੰ ਸੰਗੀਤਕਾਰਾਂ ਦੀ ਪਹਿਲੀ ਸ਼੍ਰੇਣੀ ਵਿੱਚ ਪਹੁੰਚਾ ਦਿੱਤਾ ਪੋਸਤੀ ਦਾ ਨਿਰਮਾਣ ਸਰਦੂਲ ਕਵਾਤੜਾ ਦੇ ਆਪਣੇ ਬੈਨਰ ਕਵਾਤੜਾ ਫਿਲਮਸ ਨੇ ਕੀਤਾ ਇਸ ਫਿਲਮ ਵਿੱਚ ਚਾਂਦ ਪੰਡਿਤ ਦਾ ਲਿਖਿਆ ਗੀਤ ਜਬ ਭੈੜਾ ਪੋਸਤੀ ਨਿਹਾਇਤ ਮਕਬੂਲ ਹੋਇਆ ਇਹ ਫਿਲਮ ਪਾਕਿਸਤਾਨ ਵਿੱਚ ਬਹੁਤ ਚੱਲੀ ਸੀ ਲਾਹੌਰ ਦੇ ਨਿਸ਼ਾਤ ਸਿਨੇਮਾ ਹਾਲ ਵਿੱਚ ਅੱਜ ਵੀ ਸਰਦੂਲ ਕਵਾਤੜਾ ਦੀ ਲੱਗੀ ਫੋਟੋ ਪੋਸਤੀ ਦੀ ਮਕਬੂਲੀਅਤ ਦੀ ਗਵਾਹ ਹੈ ਪੰਜਾਬੀ ਸੰਗੀਤ ਦੇ ਸਫ਼ਰ ਨਾਲ ਹਿੰਦੀ ਫਿਲਮਾਂ ਵਿੱਚ ਵੀ ਸਫ਼ਰ ਜਾਰੀ ਰੱਖਿਆ ਕਰੀਬ 50 ਹਿੰਦੀ ਫਿਲਮਾਂ ਦਾ ਸੰਗੀਤ ਤਿਆਰ ਕੀਤਾ ਗੂੰਜ, ਜਲਤੇ ਦੀਪ, ਖੇਲ ਮੁਕੱਦਰ ਕਾ, ਸ਼ਗਨ, ਕਾਲਾ ਚੋਰ, ਚਾਰ ਮিনার, 30 ਮਾਰਖਾ, ਸਨ ਆਫ ਅਲੀ ਬਾਬਾ, ਦੇਖਾ ਜਾਏਗਾ, ਅਫਲਾਤੂਨ, ਜਿਪਸੀ 걸, ਕਾਲਾ ਚਸ਼ਮਾ ਸਮੇਤ ਸਮੁੱਚੀ ਲਿਸਟ ਕਾਫੀ ਲੰਬੀ ਹੈ। ਇਹਨਾਂ ਵਿੱਚੋਂ ਗੂੰਜ ਫਿਲਮ ਪ੍ਰਮੁੱਖ ਸੀ। ਸੁਰਈਆ ਨੇ ਆਪਣੇ ਜੀਵਨ ਕਾਲ ਦਾ ਬਿਹਤਰੀਨ ਗੀਤ ਮੇਰੀ ਜ਼ਿੰਦਗੀ ਮੇਂ ਤੁਮ ਕਿਉਂ ਆਏ ਇਸ ਫਿਲਮ ਵਿੱਚ ਗਾਇਆ। ਸਰਦੂਲ ਕੁਆਤੜਾ ਨੇ ਆਪਣੇ ਸਮੇਂ ਦੇ ਉੱਭਰਦੇ ਕਲਾਕਾਰਾਂ ਨੂੰ ਪੰਜਾਬੀ ਵਿੱਚ ਗਾਉਣ ਦਾ ਮੌਕਾ ਦਿੱਤਾ। ਆਸਾ ਪੌਂਸਲੇ ਨੇ ਪੋਸਤੀ ਫਿਲਮ ਦਾ ਗੀਤ ਦੋ ਗੁੱਤਾਂ ਕਰ ਮੇਰੀਆਂ ਗੀਤ ਗਾਇਆ। ਲਤਾ ਤੋਂ ਵਣਜਾਰਾ ਦੇ ਸਾਰੇ ਗੀਤ ਗਵਾਏ ਗਏ। ਤਲਤ ਮਹਿਮੂਦ ਤੇ ਰਾਜਕੁਮਾਰੀ ਨੂੰ ਮੌਕਾ ਦਿੱਤਾ। ਕੁਲਦੀਪ ਮਾਨਕ ਦਾ ਗਾਇਆ ਗੀਤ ਯਾਰਾਂ ਦਾ ਟਰੱਕ ਬੱਲੀਏ ਸਰਦੂਲ ਕੁਆਤੜਾ ਦੇ ਸੰਗੀਤ ਦਾ ਕਮਾਲ ਸੀ। ਦੋ ਪੋਸਤੀ ਫਿਲਮ ਵਿੱਚ ਉਹਨਾਂ ਅਨੁਰਾਧਾ ਪੋਟਵਾਲ ਤੇ ਮੁਹੰਮਦ ਅਜੀਜ਼ ਨੂੰ ਪੰਜਾਬੀ ਵਿੱਚ ਗਾਉਣ ਦਾ ਮੌਕਾ ਦਿੱਤਾ ਸਰਦੂਲ ਕੁਆਤੜਾ ਨੂੰ ਸਰਤਾਜ ਮousiqi ਦਾ ਕਿਤਾਬ ਗਗਨ ਪਾਕਿਸਤਾਨੀ ਵੱਲੋਂ ਦਿੱਤਾ ਗਿਆ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਪੰਜਾਬੀ ਸੰਗੀਤ ਰਤਨ ਦਾ ਕਿਤਾਬ ਤਤਕਾਲੀਨ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਦਿੱਤਾ ਪੰਜਾਬੀ ਮਿਲੇਨੀਅਮ 뮤ਜ਼ਿਕ ਐਵਾਰਡ ਕੈਲੀਫੋਰਨੀਆ ਰਾਜ ਦੇ ਗਵਰਨਰ ਜੌਹਨ ਗ੍ਰਿਮ ਵੱਲੋਂ ਦਿੱਤਾ ਗਿਆ ਆਪਣੇ ਸੰਗੀਤ ਨਿਰਦੇਸ਼ਨ ਹੇਠ ਉਹਨਾਂ ਨੇ ਆਖਰੀ ਗੀਤ ਰਾਧਾ ਸ਼ਰਮਾ ਦੀ ਸੁਰੀਲੀ ਆਵਾਜ਼ ਵਿੱਚ 2005 ਵਿੱਚ ਚਰਨਜੀਤ ਅਹੂਜਾ ਦੇ ਦਿੱਲੀ ਸਥਿਤ ਸਟੂਡੀਓ ਵਿੱਚ ਸੱਜਣਾ ਵੇ ਕਿਹੜੀ ਗੱਲਾਂ ਦੂਰ ਦੂਰ ਰਹਿਣਾ ਹੈ ਰਿਕਾਰਡ ਹੋਇਆ 2006 ਵਿੱਚ ਉਹ ਇਸ ਜਹਾਨ ਤੋਂ ਵਿਦਾ ਹੋ ਗਏ ਮੇਰਾ ਉਹਨਾਂ ਨਾਲ ਤਿੰਨ ਦਹਾਕਿਆਂ ਦਾ ਸਾਥ ਸਾਇਕ ਵੱਜ ਰਿਹਾ ਉਹਨਾਂ ਦੀ ਸੰਗੀਤਕ ਦੇਣ ਇਸੇ ਲਈ ਮੇਰੇ ਵਾਸਤੇ ਵੱਧ ਯਾਦਗਾਰੀ ਹੈ ਇਹ ਰਚਨਾ ਸ਼੍ਰੀ ਨਰਿੰਦਰ ਸ਼ਰਮਾ ਜੀ ਦੀ ਲਿਖੀ ਹੋਈ ਹੈ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ